26 ਮਈ ਇਤਿਹਾਸਕ ਦਿਹਾੜਾ ਇਸ ਲਈ ਅਸੀਂ ਮੰਨਦੇ ਆ ਕਿਉਂਕਿ ਅੱਜ ਪੂਰੇ 6 ਮਹੀਨੇ ਹੋ ਗਏ ਕਿਸਾਨ ਅੰਦੋਲਨ ਨੂੰ ਦਿੱਲੀ 'ਚ ਬੈਠਿਆ ਉਸ ਤਾਰਿਖ ਨੂੰ ਚੱਲਦੇ ਆ ਪੂਰੇ 25 ਤਰੀਕ ਨੂੰ 6 ਮਹੀਨੇ ਹੋ ਗਏ ਸੀ ਔਰ ਇਹਦੇ ਦੋ ਪੱਖ ਨੇ ਇਹਦਾ ਦੂਸਰਾ ਪੱਖ ਇਹ ਹੈ ਵੀ ਸ਼ਾਇਦ ਆਰਐਸਐਸ ਯਾ ਮੋਦੀ ਸਰਕਾਰ ਸਾਹਮਣੇ ਅਸੀਂ ਥੱਕ ਗਏ ਆਂ ਅਸੀਂ ਉਹ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਕਿ ਅਸੀਂ ਠੱਕੇ ਨਹੀਂ ਤੁਸੀਂ ਵੀ ਦਮ ਲੈ ਰਹੇ ਹੋ ਸਾਡੇ ਨਾਲ ਲੜ ਕੇ 26 ਜਨਵਰੀ ਤੋਂ ਬਾਅਦ ਤੁਸੀਂ ਆਪਣਾ ਨਾਮ ਖਮ ਇਕੱਠਾ ਕਰ ਰਹੇ ਹੋ ਤੇ ਅਸੀਂ ਆਪਣਾ ਨਾਮ ਖਮ ਇਕੱਠਾ ਕਰੀ ਬੈਠੇ ਆਂ ਕਿਸਾਨਾਂ ਦਾ ਅੰਦੋਲਨ ਆ ਜਿਹੜਾ ਇਹਦੇ ਚ ਖੋਰ ਕਾਂਜੀ ਘੋੜੀ ਆ ਉਹ ਘੋੜੀਆਂ ਹਰਜੀਤ ਗਰੇਵਾਲ ਨੇ ਜਿਹੜਾ ਬਾਰ-ਬਾਰ ਕੁੱਤੇ ਵਾਲੀ ਬਕਵਾਸ ਕਰਦਾ ਹੈ ਉਨੇ ਅੱਜ ਵੀ ਕਿਹਾ ਵੀ ਫਲਾਣਾ ਹਿੰਦੂ ਦਾ ਤਿਹਾਰ ਸੀ ਉਸ ਤਿਹਾਰ ਕਰਕੇ ਅੱਜ ਕਿਸਾਨ ਜਿਹੜੇ ਨੇ jaan ਬੁੱਝ ਕੇ ਝੜਿੱਕਾ ਪਾਰ ਰਹੇ ਨੇ ਤੇ ਇਹਨੂੰ ਬਖੇਰਨਾ ਚਾਹੁੰਦੇ ਨੇ ਜਾਣੀ ਜਾਤੀਵਾਦ ਧਰਮ ਦਾ ਨੋਂ ਲੈ ਕੇ ਜਿਹੜੀ ਗੱਲ ਇਹ ਹਰਜੀਤ ਗਰੇਵਾਲ ਨੇ ਕਹੀ ਆ ਇਹਦਾ ਜਵਾਬ ਮੈਂ ਉਹਨੂੰ ਦੇ ਦੇਣਾ ਹਰਜੀਤ ਗਰੇਵਾਲ ਨੇ ਕਿਹਾ ਕਿ ਅੱਜ 26 ਮਈ ਬੁੱਧ ਪੂਰਨਮਾ ਦਾ ਦਿਨ ਹੈ ਮਹਾਤਮਾ ਬੁੱਧ ਦਾ ਦਿਨ ਹੈ ਉਸ ਬੰਦੇ ਨੂੰ ਪਹਿਲਾਂ ਤਾਂ ਹਿਸਟਰੀ ਪੜ੍ਹਨੀ ਚਾਹੀਦੀ ਆ ਸਮਰਾਟ ਅਸ਼ੋਕ ਨੇ ਡੇਢ ਕਰੋੜ ਬੰਦਾ ਤੁਹਾਡਾ ਮਾਰ ਕੇ ਬੁੱਧ ਧਰਮ ਅਪਣਾ ਲਿਆ ਸੀ ਪ੍ਰਸਤੁਤ ਬਜੋ ਕਿ ਇਹ ਬੰਦੇ ਮਾਰਨੇ ਪਾਪ ਨੇ ਦੂਜੀ ਗੱਲ ਬੁੱਧ ਧਰਮ ਇਸ ਟਾਈਮ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਇੱਕ ਘਟਣਤੀ ਹੈ ਜਿਨ੍ਹਾਂ ਦੇ ਉੱਪਰ ਸਭ ਤੋਂ ਜ਼ਿਆਦਾ ਤੁਸੀਂ ਆਰਿਆਂ ਲੋਕਾਂ ਨੇ ਆਰਐਸਐਸ ਦੇ ਲੋਕਾਂ ਨੇ ਮੋਦੀ ਤੇਰੀ ਬੀਜਪੀ ਨੇ ਬਹੁਤ ਅਤਿਆਚਾਰ ਕੀਤਾ ਨੇ ਇਸ ਲਈ ਬੋਧ ਨੂੰ ਹਿੰਦੂ ਧਰਮ ਨਾਲ ਜੇ ਨਾਮ ਲਾਉਂ ਤਾਂ ਚੰਗਾ ਰਹੇਗਾ ਨਹੀਂ ਤਾਂ ਅਸੀਂ ਜਦੋਂ ਬੋਧੀ ਲੋਕਾਂ ਦੇ ਕੋਲ ਜਾਵਾਂਗੇ ਕਿਸਾਨ ਜਾਣਗੇ ਮਜ਼ਦੂਰ ਜਾਣਗੇ ਤਾਂ ਬੋਧੀ ਸਾਡੇ ਨਾਲ ਖੜਨਗੇ ਕਿਉਂਕਿ ਤੁਸੀਂ ਘੱਟ ਗਿਣਤੀ ਵਿਰੋਧੀ ਹੋ ਇਹ ਮੈਂ ਤੁਹਾਨੂੰ ਬੜੀ ਸਾਫ਼ ਦੱਸ ਦੇਣਾ ਚਾਹੁੰਦਾ ਵੀ ਪੰਜਾਬ 'ਚ ਸਿੱਖ ਭਾਈਚਾਰਾ ਵੱਸਦਾ ਇਹਦੇ ਨਾਲ ਦਲਿਤ ਭਾਈਚਾਰਾ ਬਹੁਤ ਸਾਰੇ ਜਿਵੇਂ ਡਾਕਟਰ ਦਰਸ਼ਨਪਾਲ ਵਰਗੇ ਡਾਕਟਰ ਅ ਸ਼ਵਨੀ ਕੁਮਾਰ ਵਰਗੇ ਜਾਂ ਅਤਲ ਕੁਮਾਰ ਮਾਂਜੀ ਵਰਗੇ ਜਿਨ੍ਹਾਂ ਦੇ ਓਟੋ ਬਾਦ ਆ ਜੋ ਆਰਸ ਲੰਦੜ ਵਰਗੇ ਉਹ ਤਾਂ ਸਿੱਖ ਨਹੀਂ ਹਨ ਪਰ ਉਹ ਇਸ ਨੂੰ ਤਨ ਮਨ ਧਨ ਨਾਲ ਸਪੋਰਟ ਕਰ ਰਹੇ ਨੇ ਸਪੋਰਟ ਵੀ ਫਾਈਨੈਂਸ਼ੀਅਲੀ ਵੀ ਔਰ ਜਥੇਵੰਦਕ ਵੀ ਸਪੋਰਟ ਉਹਨਾਂ ਲੋਕਾਂ ਨੇ ਬਹੁਤ ਜ਼ਿਆਦਾ ਕੀਤੀ ਹੈ ਤੀਜੀ ਗੱਲ ਬੰਗਾਲ ਦੇ ਲੋਕ ਤਾਂ ਸਿੱਖ ਨਹੀਂਗੇ ਚੌਥੀ ਗੱਲ ਮਹਾਰਾਸ਼ਟਰ ਦੇ ਵਿੱਚ ਲਾਲ ਝੰਡੇ ਵਾਲੇ ਉਹ ਤਾਂ ਸਿੱਖ ਨਹੀਂ ਹੈਗੇ ਪੰਜਵੀਂ ਗੱਲ Rajasthan ਦੇ ਜਿਹੜੇ ਲਾਲ ਝੰਡੇ ਵਾਲੇ ਕਾਮਰੇਡ ਅਮਰ ਆਰਾਮ ਦੀ ਅਗਵਾਜ ਦੇ ਵਿੱਚ ਲੜ ਰਹੇ ਨੇ ਉਹ ਤਾਂ ਸਿੱਖ ਨਹੀਂ ਹੈ ਤੇ ਅੱਗੇ ਆ ਜਾਈਏ ਹਰਿਆਣਾ ਤੇ UP ਦੀ जाट बेल्ट ਆ ਉਹ ਸਿੱਖ ਨਹੀਂ ਹੈ ਇਹ ਉਹੀ जाट बेल्ट ਹੈ ਜਿਨੇ ਇੱਕ ਵਾਰੀ ਅੰਦੋਲਨ ਦੇ ਵਿੱਚ ਗੜਬੜ ਕੀਤੀ ਸੀ ਜਿਹਦੇ ਨਾਲ ਕਈ ਸੁਖਦੇਵ ਢਾਬੇ ਦੇ ਟਾਈਮ 'ਚ ਘਟਨਾਵਾਂ ਵੀ ਵਾਪਰੀਆਂ ਪਰ ਅੱਜ ਉਹ ਜਾਟ ਬੈਲਟ ਜਿਹੜੀ ਐ ਇਸ ਅੰਦੋਲਨ ਦੀ ਲੋਹੇ ਦੀ ਲੱਠ ਬਣ ਕੇ ਖੜੀ ਆ ਇਸ ਲਈ ਹਰਜੀਤ ਗਰੇਵਾਲ ਇਹ ਜਿਹੜੀਆਂ ਫੁੱਟਪਾਉ ਨੀਤੀਆਂ ਲੋਕਾਂ ਨੂੰ ਲੜਾਉਣੀਆਂ ਨੀਤੀਆਂ ਨੇ ਤੇਰੀ ਜ਼ਮਾਨ ਬੜੀ ਗੰਦੀ ਆ ਅਸੀਂ ਉਸ ਪੱਧਰ ਤੇ ਉਤਰ ਨਹੀਂ ਚਾਹੁੰਦਾ ਉਤਰਨਾ ਨਹੀਂ ਚਾਹੁੰਦੇ ਪਰ ਤੂੰ ਬੰਦਾ ਬਹੁਤ ਗੰਦਾ ਬਾਜ ਆ ਇਹਨਾਂ ਗੱਲਾਂ ਤੋਂ ਹਿੰਦੂ ਸਿੱਖ ਇੱਕ ਤਰ੍ਹਾਂ ਤੋੜਨ ਦੀ ਕੋਸ਼ਿਸ਼ ਨਾ ਕਰੇਂਦਾ ਚੰਗੀ ਗੱਲ ਐ ਇਹ ਦੋ ਗੱਲਾਂ ਨੇ ਜਿਹੜੀਆਂ ਨਾਲ-ਨਾਲ ਵਾਪਰਦੀਆਂ ਨੇ ਅਸੀਂ ਕਾਲੀ ਦਿਵਾਲੀ ਮਨਾਈ ਤਾਪੀਨਾਂ ਇਹ ਇਹ ਬੰਦੇ ਦਾ ਬਿਆਨ ਸੀ ਕਿ ਨਹੀਂ ਜੀ ਇਹ ਹਿੰਦੂਆਂ ਦਾ ਤਿਹਾਰ ਹੈ ਇਸ ਲਈ ਕਿਸਾਨ ਆ ਜਿਹੜੇ ਖਾਸਕਰ ਫੇਰ ਅਟੈਕ ਕਰਦਾ ਵੀ ਸਿੱਖ ਨੇ ਕਿ ਕਾਮਰੜ ਨੇ ਇਹਨਾਂ ਨੇ ਦੁਵਾਲੀ ਦਾ ਬਾਈਕਾਟ ਕੀਤਾ ਜਦੋਂ ਅਸੀਂ ਭੁੱਖੇ ਮਰਦੇ ਆ ਸਾਡੇ ਕੋਲ ਰੋਟੀ ਨਹੀਂ ਆ ਤਾਂ ਫੇਰ ਸਾਨੂੰ ਤਿਹਾਰ ਕੋਈ ਨਹੀਂ ਪਾਉਂਦਾ ਹੈ ਜੇ ਸਾਡੇ ਪੇਟ 'ਚ ਰੋਟੀ ਹੋਏਗੀ ਸਾਡੇ ਕੋਲ ਦੇਣ ਲਈ ਕੁਝ ਹੋਏਗਾ ਫੇਰ ਅਸੀਂ ਛੜਦਾ ਬਸ ਗੁਰੂ ਘਰ ਵੀ ਜਾਵਾਂਗੇ ਅਸੀਂ ਮੰਦਰ ਵੀ ਜਾਵਾਂਗੇ ਇਹ ਗੱਲ ਮੈਂ ਇਹਨੂੰ ਗੰਦੇ ਬੰਦੇ ਨੂੰ ਦੱਸ ਦੇਣਾ ਚਾਹੁੰਦਾ